90 ਦਿਨ ਜੇਲ੍ਹ 'ਚ ਰਹਿਣ ਮਗਰੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਦਿੱਖ ਬਦਲੀ ਹੋਈ ਨਜ਼ਰ ਆਈ, ਪਰ ਬੋਲਣ ਦਾ ਅੰਦਾਜ਼ ਅੱਜ ਵੀ ਪੂਰੀ ਵੜਕ ਵਾਲਾ ਸੀ। ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਖਹਿਰਾ ਨੂੰ ਮੈਡੀਕਲ ਕਰਵਾਉਣ ਲਈ ਲੈ ਕੇ ਗਈ ਸੀ ਸਿਵਲ ਹਸਪਤਾਲ ਕਪੂਰਥਲਾ 'ਚ। ਮੀਡੀਆ ਨਾਲ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਮੈਂ ਸ਼ਾਂਤੀ ਦੇ ਨਾਲ ਗੱਲ ਕਰਾਂਗਾ, ਕਿਉਂਕਿ ਭਗਵੰਤ ਮਾਨ ਪੁਲਿਸ ਅਧਿਕਾਰੀਆਂ ਦੇ ਨਾਲ ਲੜਦਾ ਅਤੇ ਉਹ ਆਪਣਾ ਸੰਤੁਲਨ ਵੀ ਗੁਆ ਚੁੱਕੀ ਹੈ। ਸੋ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਦਾ ਇਹ ਮੀਡੀਆ ਦੇ ਸਾਹਮਣੇ ਪਹਿਲਾ ਬਿਆਨ ਸਾਹਮਣੇ ਆਇਆ। ਪਤਾ ਕੀ ਗੱਲ ਹੈ, ਇਹਨਾਂ ਦੀ ਨਾ ਮੈਨੂੰ ਬਹੁਤ ਰਾਜ ਨੀਗਾ, ਇਹਨੇ ਭਗਵੰਤ ਨਾ ਮੁੜ ਕੇ ਇਹਨਾਂ ਦੇ ਨਾਲ ਲੜਦਾ, ਉਹ ਸਦਾਈ ਹੋਇਆ ਪਿਆ ਮੇਰੇ ਘਰ ਲੜਦੇ ਨੇ ਇਹਨਾਂ ਨੂੰ ਮੁੜ ਕੇ ਬਦਲੀਆਂ ਘਰ ਸਸਪੈਂਡ ਕਰਕੇ ਫਾਜ਼ਿਲਕਾ ਵਿਚਾਰੇ ਗੁੱਸਾ ਕਰ ਰਹੇ ਮੁਲਾਜ਼ਮ। ਤੂੰ ਮੈਂ ਆਰਾਮ ਨਾਲ ਫ੍ਰੀ ਹੋ ਅੱਛੀ ਗੱਲ ਕਰਦੀ। ਠੀਕ ਹੈ ਸਰ, ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਮੈਡੀਕਲ ਤੋਂ ਬਾਅਦ ਪੁਲਿਸ ਨੇ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਸੁਖਪਾਲ ਖਹਿਰਾ ਦੇ ਵਕੀਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ 5 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਕੇਸ 'ਚ ਇੱਕ ਹੋਰ ਫੈਕਟ ਜਿਹੜਾ ਬਹੁਤ ਇੰਪੋਰਟੈਂਟ ਬਾਹਰ ਆਇਆ ਹੈਗਾ ਉਹ ਇਹ ਆਇਆ ਹੈਗਾ ਕਿ 30-10 ਨੂੰ ਜਿਹੜਾ ਇਹ ਮੇਨ ਜਿਹੜਾ ਕਹਿੰਦੇ ਜੀ ਕਸ਼ਮੀਰ ਸਿੰਘ ਜਿਹਨੇ ਬਿਆਨ ਜਿਹੜੇ ਦਿੱਤੇ ਨੇ ਜਿਹਦੇ ਵਿੱਚ ਖਹਿਰਾ ਸਾਹਿਬ ਦਾ ਉਹਨੇ ਦੱਸਿਆ ਉਹ ਦਿੱਤੇ ਨੇ 30-10 ਨੂੰ ਉਹ ਦਿੱਤੇ ਨੇ ਵੀ ਦਿੱਤੇ ਜੀ ਉੱਥੇ ਕੋਰਟ ਦੇ ਵਿੱਚ 164 ਦੇ ਬਿਆਨ ਨੇ ਜੀ ਉਹ 30-10 ਨੂੰ ਦਿੱਤੇ ਜੀ। ਹੋਰ ਇੰਟਰਸਟਿੰਗਲੀ ਇਹ ਫੈਕਟ ਹੈ ਕਿ 15-10 ਨੂੰ ਉਹਦੀ ਵਾਈਫ ਰਣਜੀਤ ਕੌਰ ਇਹ ਐਲੀਗੇਸ਼ਨ ਲਾ ਰਹੀ ਹੈ ਕਿ 15-10 ਨੂੰ ਮੇਰੇ ਘਰ ਦੋ ਅਣਪਛਾਤੇ ਬੰਦੇ ਆਏ ਜੀ ਜਿਨ੍ਹਾਂ ਨੇ ਕਿਹਾ ਕਿ ਜੋ ਤੇਰੇ ਹਸਬੈਂਡ ਨੇ ਬਿਆਨ ਦਿੱਤੇ ਉਹ ਵਿਦਡਰਾਅ ਕਰ ਲੈ। ਸੋ ਕਿੰਨਾ ਇਹ ਇੱਕ ਫੈਕਟ ਕਿੰਨਾ ਗਲਤ ਆ ਰਿਹਾ ਕਿ ਦਿੱਤੇ ਹੀ ਨਹੀਂ ਉਹ ਬਿਆਨ ਵਿਦਡਰਾਅ ਦੋ ਹਫ਼ਤੇ ਪਹਿਲਾਂ ਉਹ ਆ ਰਿਹਾ ਜੀ ਕਿ 15-10 ਨੂੰ ਉਹ ਮੈਨੂੰ ਧਮਕਾ ਰਹੇ ਨੇ ਬਿਆਨ ਉਦੋਂ ਦਿੱਤੇ ਹੀ ਨਹੀਂ ਬਿਆਨ ਦਿੱਤੇ 15 ਦਿਨ ਪਹਿਲਾਂ ਹੀ ਉਹਨੂੰ ਸੁਪਨਾ ਆਇਆ ਸੀ ਵੀ 15 ਦਿਨ ਪਹਿਲਾਂ ਹੀ ਜੀ। ਸੋ ਇਸ ਕਰਕੇ ਇਹ ਜਿਹੜੀ ਐਫ ਆਈ ਆਰ ਹੈ ਪ੍ਰੋਪਰਲੀ ਪੋਲੀਟੀਕਲੀ ਮੋਟੀਵੇਟਡ ਹੈ, ਪੂਰੀ ਝੂਠੀ ਹੈ, ਜਿਹੜਾ ਕਿ ਹਾਈ ਕੋਰਟ 'ਚ ਕੁਐਸ਼ ਹੋਣਾ ਵੀ ਬਣਦਾ। ਸੋ ਉਹਦੇ ਲਈ ਜਾਇਆ ਜਾਏਗਾ ਹਾਈ ਕੋਰਟ ਅਤੇ ਜ਼ਰੂਰ ਜਾਇਆ ਜਾਏਗਾ। ਜ਼ਿਕਰ ਕਰ ਦਈਏ ਕਿ ਕਪੂਰਥਲਾ ਦੇ ਸੁਭਾਨਪੁਰ ਥਾਣੇ ਦੇ ਵਿੱਚ ਪਿੰਡ ਡੋਗਰਾਵਾਲ ਦੀ ਰਹਿਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ 'ਤੇ ਖਹਿਰਾ ਦੇ ਖਿਲਾਫ਼ ਧਾਰਾ 195A ਝੂਠੀ ਗਵਾਹੀ ਲਈ ਧਮਕਾਉਣਾ ਅਤੇ ਧਾਰਾ 506 ਅਪਰਾਧਿਕ ਧਮਕੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਸ ਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਿਹਾ। ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ।